Segnali di prescrizione. Anji sasri kalji sare anu ki hal chal a thoda sare da. ਠੀਕ ਹੀ ਹੋਣੇ ਆ ਤੁਸੀਂ ਸਾਰੇ ਚਲੋ ਬਹੁਤ ਵਧੀਆ ਗੱਲ ਹੈ ਜੀ ਠੀਕ ਹੀ ਚਾਹੀਦੇ ਆ ਲਓ ਜੀ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਅਗਲਾ ਚੈਪਟਰ ਜ਼ਰੂਰ ਸਟਾਰਟ ਕਰਾਂਗੇ ਲਓ ਜੀ ਆਪਾਂ ਅੱਜ ਕਰ ਹੀ ਲਿਆ ਥੋੜ੍ਹਾ ਜਿਹਾ ਕੰਮ ਵਿੱਚ ਬਿਜ਼ੀ ਹੋਣ ਕਰਕੇ ਟਾਈਮ ਨਹੀਂ ਲੱਗਾ ਅਤੇ ਅੱਜ ਅਸੀਂ ਸਿਗਨਲ ਦੀ ਪ੍ਰਿਸਕ੍ਰਿਪਸ਼ਨ ਬਾਰੇ ਗੱਲ ਕਰਦੇ ਹਾਂ ਜੀ ਇਹ ਤਿੰਨ ਪ੍ਰਕਾਰ ਦੇ ਹੁੰਦੇ ਸਿਗਨਲ ਦੀ ਪ੍ਰਿਸਕ੍ਰਿਪਸ਼ਨ ਹੁੰਦੀ ਹੈ ਜੀ ਆਹ ਸਿਗਨਲ ਦੀ ਪ੍ਰੈਸੀਡੈਂਸਾ ਦੀ ਵੀਏਤੋ ਅਤੇ ਓਬਲੀਗੋ ਅੱਜ ਫਿਲਹਾਲ ਅਸੀਂ ਪ੍ਰੈਸੀਡੈਂਸਾ ਪਹਿਲ ਦੇਣ ਵਾਲੇ ਸਿਗਨਲਾਂ ਬਾਰੇ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਜੀ ਇਨਕਰੋਚੋ ਕੁਮ ਪ੍ਰੈਸੀਡੈਂਸਾ ਆਉਂਦਾ ਇਸ ਤਰ੍ਹਾਂ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਜੀ ਮੈਂ ਦੱਸਦਾ ਵਾਂ ਕਿ ਅੱਜ ਮੈਂ ਚੀਨੀ ਵਾਲਾ ਮੈਕ ਨਹੀਂ ਵਰਤ ਰਿਹਾ ਹੁਣ ਮੈਨੂੰ ਪਤਾ ਨਹੀਂ ਅੱਜ ਮੈਂ ਲੈਪਟੋਪ ਵਾਲਾ ਹੀ ਮੈਕ ਟਰਾਈ ਕਰ ਰਿਹਾ ਦੇਖੀਏ ਵੀ ਇਹਦਾ ਕੀ ਹਿਸਾਬ ਹੁੰਦਾ ਵਾ ਅਤੇ ਹਾਂਜੀ ਅੱਜ ਦਾ ਵਾਕ ਸ਼ੁਰੂ ਕਰਦੇ ਹਾਂ ਜੀ ਇਨਕਰੋਚੋ ਕੁਮ ਪ੍ਰੈਸੀਡੈਂਸਾ ਆਉਂਦਾ ਇਸ ਤਰ੍ਹਾਂ ਉਹ ਚੌਂਕ ਜਿੱਥੇ ਤੁਸੀਂ ਸੱਜੇ ਪਾਸੇ ਵਾਲੇ ਬੰਦਿਆਂ ਨੂੰ ਪਹਿਲ ਦੇਣੀ ਹੈ ਇਹ ਆਵਾਜ਼ ਘੱਟ ਕਰਾਂ ਯਾਰ ਡੂਮ ਫਿਲਮ ਚੱਲਦੀ ਆ ਅਤੇ ਆਵਾਜ਼ ਵਿੱਚ ਨਾ ਨਹੀਂ ਮਿਲੇ ਰਿਤਿਕ ਰੋਸ਼ਨ ਚੋਰੀ ਕਰਨ ਆਉਣ ਲੱਗਾ ਅਤੇ ਚੱਲ ਕੋਈ ਨਹੀਂ ਬੰਦ ਕੀਤਾ ਅੱਛਾ ਜੀ ਐਮ ਸਿਗਨਲ ਦੀ ਪ੍ਰੈਸੀਡੈਂਸਾ ਅਤੇ ਇਹ ਇੱਕ ਪਹਿਲ ਦੇਣ ਦਾ ਸਿਗਨਲ ਹੈ ਪ੍ਰਨੂੰਚਾ ਨਿਕਰੋਚੋ ਦੋਵੇ ਵਾਲੇ ਲਾ ਰੇਗੋਲਾ ਦੀ ਦਾਰੇ ਲਾ ਪ੍ਰੈਸੀਡੈਂਸਾ ਆਦੇਸ਼ਤਾ ਕਹਿੰਦਾ ਜੀ ਇਹ ਤੁਹਾਨੂੰ ਦੱਸਦਾ ਆ ਉਹ ਨਿਕਰੋਚੋ ਰਸਤਾ ਚੌਰਾਹਾ ਚੌਂਕ ਜਿੱਥੋਂ ਦੋ ਤੋਂ ਜ਼ਿਆਦਾ ਸੜਕਾਂ ਰਲਦੀਆਂ ਨੇ ਦੋਵੇ ਜਿੱਥੇ ਵਾਲੇ ਲਾ ਰੇਗੋਲਾ ਉਹ ਕਾਨੂੰਨ ਜਾਰੀ ਹੁੰਦਾ ਦਾਰੇ ਲਾ ਪ੍ਰੈਸੀਡੈਂਸਾ ਆਦੇਸ਼ ਤਰ੍ਹਾਂ ਕਿ ਜਿੱਥੇ ਤੁਸੀਂ ਸੱਜੇ ਪਾਸੇ ਵਾਲੇ ਬੰਦਿਆਂ ਨੂੰ ਗੱਡੀਆਂ ਆ ਰਹੀਆਂ ਉਹਨਾਂ ਨੂੰ ਪਹਿਲ ਦੇਣੀਆਂ ਜੀ ਜਿੱਦਾਂ ਕਿ ਆਪਾਂ ਹਮੇਸ਼ਾ ਹੀ ਜ਼ਿਆਦਾਤਰ ਜਿੰਨੀ ਵੀ ਪਹਿਲ ਦਿੰਦੇ ਹਾਂ ਹਮੇਸ਼ਾ ਆਪਣੇ ਸੱਜੇ ਹੱਥ ਵਾਲਿਆਂ ਨੂੰ ਹੀ ਪਹਿਲ ਦੇ ਦੀ ਆਪਾਂ ਸਿਰਫ ਇੱਕ ਹੀ ਕੇਸ ਹੈ ਜੀ ਜਿੱਥੇ ਤੁਸੀਂ ਪਹਿਲ ਖੱਬੇ ਪਾਸੇ ਨੂੰ ਦੇਣੀ ਆ ਉਹ ਹੈਗਾ ਜੀ ਰਤੂਨ ਦਾ ਬਾਕੀ ਹਮੇਸ਼ਾ ਹੀ ਪ੍ਰੈਸੀਡੈਂਸਾ ਆਦੇਸ਼ ਤਰ੍ਹਾਂ ਹੁੰਦਾ ਸੋਲੋ ਸੋਲਾ ਰਤੂਨ ਦਾ ਰੋਤਾ ਤੌਰੀਆ ਜਾਂ ਫਿਰ ਸਿਰਕੂਲਾਸੀਓਨੇ ਜਿਹੜਾ ਮਰਜ਼ੀ ਹੈਗਾ ਜੀ ਉਹਨੂੰ ਕਹਿੰਦੇ ਉੱਥੇ ਪ੍ਰੈਸੀਡੈਂਸਾ ਆਸੀਨ ਇਸ ਤਰ੍ਹਾਂ ਹੁੰਦਾ ਕੋਈ ਤੂਤੀ ਲਿਆਲ ਤਰੀਕਾ ਦੇ ਸਾਰੇ ਹੀ ਹੋਰ ਤਰ੍ਹਾਂ ਦੇ ਵਿੱਚ ਪ੍ਰੈਸੀਡੈਂਸਾ ਹੈ ਸੈਂਪਰੇ ਆਦੇਸ਼ ਤਰ੍ਹਾਂ ਪ੍ਰੈਸੀਡੈਂਸਾ ਹਮੇਸ਼ਾ ਸੱਜੇ ਪਾਸ ਹੁੰਦਾ ਮੋਦੇ ਰਾਰੇ ਲਾ ਵਿਰੋਚਿਤਾ ਅਤੇ ਆਪਣੀ ਜਿਹੜੀ ਸਪੀਡ ਆ ਘੱਟ ਕਰਨ ਇਹ ਤਾਂ ਜੀ ਕੋਈ ਵੀ ਬੋਰਡ ਹੋਵੇ ਭਾਵੇਂ ਝਮਾਕੇ ਮਾਰਨ ਵਾਲਾ ਬੋਰਡ ਹੋਵੇ ਜੀ ਜਿਹੜੀ ਮੋਦੇ ਰਾਰੇ ਲਾ ਵਿਰੋਚਿਤਾ ਇਹ ਤਾਂ ਤੁਹਾਡੇ ਇੱਕ ਸੇਫਟੀ ਹੈ ਜੀ ਕਿ ਜਿਹੜੀ ਤੁਸੀਂ ਆਪਣੀ ਸਪੀਡ ਆ ਤਕਰੀਬਨ ਆਪਣੇ ਕੰਟਰੋਲ 'ਚ ਰੱਖੋ ਕਿਉਂਕਿ ਇਹ ਜੀ ਮਸ਼ੀਨਰੀ ਆ ਮਸ਼ੀਨਰੀ ਨੂੰ ਤੁਸੀਂ ਜਿੰਨਾ ਦੱਬੂਗੇ ਨਹੀਂ ਤਾਂ ਦੌੜੀ ਜਾਣਾ ਇਹਨੇ ਕਿਹੜਾ ਤੁਹਾਨੂੰ ਕਹਿ ਕੇ ਦੱਸਣਾ ਵੀ ਬੱਸ ਕਰ ਹੁਣ ਥੋੜ੍ਹੀ ਜਿਹੀ ਘਟਾ ਲਾ ਵੀ ਇੱਦਾਂ ਹੋ ਜਾਊ ਜਾਂ ਇੱਦਾਂ ਹੋ ਅੱਛਾ ਜੀ ਨੋਨ ਸੀ ਤਰੋਵਾ ਸੁਲਸਤਰਾਤੋ ਦੀ ਸਤਰਾਦਾ ਕੌਨ ਦਰੀਤੋ ਦੀ ਪ੍ਰੈਸੀਡੈਂਸਾ ਕਹਿੰਦੇ ਜੀ ਇਹ ਜਿਹੜਾ ਸਿਗਨਲ ਆ ਇਹ ਉਸ ਰੋਡ 'ਤੇ ਨਹੀਂ ਤੁਹਾਨੂੰ ਮਿਲੂਗਾ ਜਿਸ ਰੋਡ ਉੱਤੇ ਆਪਣਾ ਦਰੀਤੋ ਦੀ ਪ੍ਰੈਸੀਡੈਂਸਾ ਜਿੱਦਾਂ ਕਿ ਜਿਹੜਾ ਮੇਨ ਰੋਡ ਆ ਤੁਹਾਨੂੰ ਉਸ ਰੋਡ 'ਤੇ ਨਹੀਂ ਇਹ ਜਿਸ ਤਰ੍ਹਾਂ ਹਮੇਸ਼ਾ ਜਿਹੜਾ ਸਤਰਾਤਾ ਸ਼ਿਕੁੰਦਾਰੀ ਆ ਉਹਦੇ 'ਤੇ ਇਹ ਤੁਹਾਨੂੰ ਮਿਲੂਗਾ ਕਿਉਂਕਿ ਮੇਨ ਰੋਡ 'ਤੇ ਤੁਹਾਨੂੰ ਦਰੀਤੋ ਦੀ ਪ੍ਰੈਸੀਡੈਂਸਾ ਮਿਲੂਗਾ ਦਰੀਤੋ ਦੀ ਪ੍ਰੈਸੀਡੈਂਸਾ ਕੀ ਆ ਇਹਦੇ ਬਾਰੇ ਅਸੀਂ ਆਪਣੇ ਅਗਲੇ ਭਾਗ 'ਚ ਗੱਲ ਅਗਲੇ ਸਲਾਈਡ ਵਿੱਚ ਗੱਲ ਕਰਦੇ ਹਾਂ ਅੱਜ ਪਹਿਲੀ ਵਾਰ ਹੋਇਆ ਕਿ ਮੈਂ ਕੋਈ ਚੈਪਟਰ ਸ਼ੁਰੂ ਕੀਤਾ ਅਤੇ ਇੱਕ ਭਾਗ 'ਚ ਖਤਮ ਕਰਦਾ ਬਾਕੀ ਦੇਖਦੇ ਹਾਂ ਇਨਕਰੋਚੋ ਕੌਨ ਦਰੀਤੋ ਦੀ ਪ੍ਰੈਸੀਡੈਂਸਾ ਇਨਕਰੋਚੋ ਕੌਨ ਦਰੀਤੋ ਦੀ ਪ੍ਰੈਸੀਡੈਂਸਾ ਹਾਂਜੀ ਜਿੱਦਾਂ ਇਹ ਹੈਗਾ ਜੀ ਇਹ ਉਹ ਚੌਂਕ ਆ ਜਾਣੀ ਕਿ ਜਿੱਥੇ ਆਲੇ ਦੁਆਲੇ ਵਾਲੀਆਂ ਗੱਡੀਆਂ ਨੇ ਤੁਹਾਨੂੰ ਪਹਿਲ ਦੇਣੀ ਆ ਇਨਕਰੋਚੋ ਪ੍ਰਨੂੰਚਾ ਇਨਕਰੋਚੋ ਕੌਨ ਸੈਂਸਾ ਦਰੀਤੋ ਦੀ ਪ੍ਰੈਸੀਡੈਂਸਾ ਕਹਿੰਦਾ ਤੁਹਾਨੂੰ ਇਹ ਦੱਸਦਾ ਕਿ ਤੁਹਾਡੇ ਆਉਣ ਵਾਲੀ ਜਿਹੜਾ ਮੋਰ ਚੌਂਕ ਆ ਉਹਨਾਂ ਦੇ ਕੋਲ ਦਰੀਤੋ ਦੀ ਪ੍ਰੈਸੀਡੈਂਸਾ ਨਹੀਂ ਹੈਗਾ ਕਹਿੰਦਾ ਜੀ ਇਹ ਇਨਕਰੋਚੋ ਚੌਂਕ ਤੁਹਾਨੂੰ ਦੱਸਦਾ ਦੋਵੇ ਜਿੱਥੇ ਸ਼ਿਆਲਾ ਪ੍ਰੈਸੀਡੈਂਸਾ ਸਾਡੀ ਪਹਿਲ ਵਾ ਸੂਬੇਈ ਕੁਲਿੰਗ ਗੱਡੀਆਂ ਉੱਤੇ ਪ੍ਰੋਵਿਨੀਐਂਤੀ ਦਲ ਇਸ ਤਰ੍ਹਾਂ ਦੇ ਜਿਹੜੇ ਸੜਕ ਤੋਂ ਆਉਂਦੇ ਆ ਸ਼ਿਕੁੰਦਾਰੀ ਦੂਜੀਆਂ ਸੜਕਾਂ ਤੋਂ ਇਹਦਾ ਮਤਲਬ ਤੁਸੀਂ ਮੇਨ ਰੋਡ 'ਤੇ ਜਾ ਰਹੇ ਹਾਂ ਅਤੇ ਆਹ ਜਿਹੜਾ ਆਪਣਾ ਆਲਾ ਹਿੱਸਾ ਆ ਇਹ ਸੜਕ ਦੂਜੀ ਆ ਅਤੇ ਆਹ ਵੀ ਸੜਕ ਸਿਕੁੰਦਾਰੀ ਹੁੰਦੀ ਆਹ ਹੁੰਦਾ ਜੀ ਮੇਨ ਰੋਡ ਆਹ ਵਾਲਾ ਠੀਕ ਹੈ ਜੀ ਆਹ ਇੱਧਰੋਂ ਸਿਕੁੰਦਾਰੀ ਆ ਅਤੇ
perde la sua efficacia in presenza di agente che regola il traffico. Perde, onda, guaccia la sua efficacia ed invalidity in presenza di un agente, ਜੇ ਉੱਥੇ ਕੋਈ ਇੱਕ ਬੰਦਾ ਟ੍ਰੈਫਿਕ ਨੂੰ ਸਿਗਨਲ ਨੂੰ ਕੰਟਰੋਲ ਕਰਦਾ ਹੋਵੇ, ਸੀਟੀ ਮਾਰ ਕੇ, ਹਾਂ ਵੀ ਸੱਜੇ ਨੂੰ ਹੋ ਜਾ, ਖੱਬੇ ਨੂੰ ਹੋ ਜਾ, ਪੀ ਪੀ ਪੂ ਪੂ ਪੀ ਪੀ, ਇਦਾਂ ਕਰਕੇ. Può essere preceduto con segnale di diritto di precedenza. Il signal to vada dipende in caso prossima settimana. Ok, menu un messaggio si ma non parla che il signal to vada apna diritto di precedenza alla signal vi mil sakata o hunda koi leja rangala takona tuhanu baad vich isde bare dass deya. Bisogna moderare la velocità per assicurare che ci diano la precedenza. Kende ji, phir bhi bhave thodi aan waliyan gaddiyan te pehla, phir bhi tuhanu apni gaddi di speed thodi ji ghat karni chahidi hai, ki jehdi apne shor hona chahida ki tuhanu gaddiyan pehl de dena. Eh idda na hove ki tusi aaram naal ture hon te muhre koi banda sher ban ke ture aanda hove ਤੇ ਕੁਝ ਹੋ ਜਾਵੇ. ਠੀਕ ਆ ਜੀ. Bisogna non posto sulle autostrade. E già segnala autostrade utte nei honda. Chiunque autostrade utte confluenza e vota. Qua signal ma sono andata e non è una che autostrade te strade secondarie sedda to niente utte serpetta invece accelerazione hunde, corsia di accelerazione hunde. Di norma posto 150 metri dall'incrocio in prima dell'incrocio o dall'incrocio già lì prima e canoni torte e 150 metri ਜੋ ਹੋ ਜਿਹੜਾ ਵੀ ਚੌਂਕ ਉਹ ਤੋਂ ਪਹਿਲਾਂ ਤੁਹਾਨੂੰ ਇਹ ਬੋਰਡ ਤਕਰੀਬਨ ਜਿੰਨੇ ਵੀ ਬੋਰਡ ਹੈਗੇ ਜੀ 150 ਮੀਟਰ ਦੇ ਉਹਨਾਂ ਨੇ ਰੱਖਿਆ ਹੈ ਕੋਈ ਹਿਸਾਬ ਦਾ ਉੱਥੇ ਹੁੰਦੇ ਤੇ ਬਾਕੀ ਫਿਰ ਹਾਂਜੀ ਆ ਕੀ ਸੀ ਓਕੇ ਜੀ ਇਹ ਵੀ ਹੋ ਗਿਆ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਅਗਲੇ ਉਹ ਮੈਨੂੰ ਨਾਲ ਦੀ ਨਾਲ ਕੁਝ ਜ਼ਰੂਰੀ ਈਮੇਲ ਆਉਣੀ ਹੈ ਫਿਰ ਮੈਨੂੰ ਉਹ ਵੀ ਚੈੱਕ ਕਰਨੀ ਪੈਂਦੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਵੀ ਸਾਡਾ ਹੋਰ ਕੰਮ ਚੱਲਦਾ ਹੈ ਇਸ ਕਰਕੇ ਜਿਹੜੇ ਮੈਨੂੰ ਜਾਣਦੇ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੈ ਜੀ ਹਾਂਜੀ ਇਨਕਰੋਚਵਾਤੀ ਕੋਨ ਦਿਰਿੱਤੋ ਦੀ ਪ੍ਰੈਸੀਡੈਂਸਾ ਅਦੇਸਤਰਾ ਵਾਸ਼ਿੰਗ ਇਸ ਤਰ੍ਹਾਂ ਇਨਕਰੋਚ ਉਹ ਚੌਂਕ ਟੀ ਵਾਲਾ ਟੀ ਹੁੰਦਾ ਜੀ ਆ ਵਾਲਾ ਠੀਕ ਹੈ ਜੀ ਆ ਹੈਗੀ ਦੇਖੋ ਸਿੱਧਾ ਮੇਨ ਰੋਡ ਜਾਂਦਾ ਇੱਧਰ ਸੈਕੰਡਰੀ ਆਇਆ ਇਹ ਟੀ ਵਾਲਾ è un segnale di precedenza e ecco per di nala vuota di per annuncia un incrocio e con un gioco guarda da dove gitte si ha la precedenza sa di pela su veicoli provenienti da destra dire se di passi to guardia regna una o te sa di pela tica di un incrocio a destra e se di passi incrocio a destra un incrocio per annuncia un incrocio a destra una strada di minore importanza sai e kende vi hun thode ik sajje passe ik aisa road lag reha jeda inna main road nahi ho sakda eh road apni koi gali hove ja thode khetan chon nikalan wala koi road hove una strada secondaria da destra ik ohi same to same ohi gal dooja road jeda thonna link ho reha main road de naal incrocio con una strada senza diritto di precedenza. Senza diritto di precedenza che uno è pel denia. Ida matlab ji o senza diritto di precedenza ta assi diritto di precedenza de naal. Bisogna usare prudenza perché si avvicina un incrocio. Hamesha hi jidda ke tusi hamesha hi jadon vi kise chowk chauraste ja kite vi nede tere jaande ho utthe tusi saavdhani zarur varto kyunki tusi ik chowk utte ja rahe ho ਕਿਉਂਕਿ ਮੋਰੇ ਤੁਹਾਨੂੰ ਪਤਾ ਬੰਦਾ ਸ਼ੇਰ ਬਣ ਕੇ ਆ ਸਕਦਾ ਜਿੱਦਾਂ ਆਪਣੇ ਚੁਟਕਲੇ ਅਸੀਂ ਸੁਣੇ ਆ ਸਾਰੇ ਨੇ ਬਹੁਤ ਪਸੰਦ ਕੰਫਲੂਐਂਸਾ ਆ ਦੇਸਤਰਾ ਆਪਣੇ ਸੱਜੇ ਪਾਸਿਓਂ ਗੱਡੀ ਐਂਟਰੀ ਦੇਣ ਦੀ ਨਾਰਮਾ ਪੋਸਟੋ 150 ਮੀਟਰੀ ਪ੍ਰੀਮਾ ਦੇ ਲਾ ਕੰਫਲੂਐਂਸਾ ਕਹਿੰਦੇ ਵੀ ਤਕਰੀਬਨ 150 ਮੀਟਰ ਪਹਿਲਾਂ ਆਪਣੇ ਕੰਫਲੂਐਂਸਾ ਤੋਂ ਹੁੰਦਾ ਉਹ ਯਾਰ ਛੱਡਦੇ ਆਈਫੋਨ ਦੀ ਤਾਰ ਆ ਉਹ ਥੱਡੇ ਤੇ ਇਹਨੂੰ ਬਾਅਦ ਚ ਨਾ ਛੇੜੀ ਨਾ ਤੋੜੀ ਨਾ
ਇਹ ਜੀ ਮੇਰਾ ਭਾਣਜਾ, ਜਦੋਂ ਮੈਂ ਰਿਕਾਰਡਿੰਗ ਕਰਨੀ ਹੁੰਦੀ ਹੈ ਇਹ ਨਹੀਂ ਆ ਕੇ ਮੇਰੇ ਨਾਲ ਖੇਡਣਾ ਜ਼ਰੂਰ ਹੁੰਦਾ ਜੀ। ਅੱਛਾ ਜੀ, ਹੁਣ ਇਹ ਮਿਰਚ ਹੋਣੀ ਦੱਸਦਾ ਇਸ ਤਰ੍ਹਾਂ ਕੌਣ ਕੁਰਸੀ ਆਦੀ ਅੱਛੇ ਲੱਗਦਾ ਸੀ ਉਹਨਾਂ ਨੂੰ। ਕਹਿੰਦੇ ਜੀ ਇਹ ਤੁਹਾਨੂੰ ਦੱਸਦਾ ਕਿ ਮੂਹਰੇ ਕੁਰਸੀਆਂ ਦੀ ਅੱਛੇ ਲੱਗਦਾ ਸੀ ਉਹਨੇ, ਉਹ ਕੁਰਸੀ ਹੁੰਦਾ ਜਿਹੜਾ ਕੁਰਸੀ ਨਾ ਤੁਸੀਂ ਆਪਣੇ ਮੇਨ ਰੋਡ 'ਤੇ ਲਿੰਕ ਕਰਦੇ ਹੋ। ਕਹਿੰਦੇ ਵੀ ਅੱਗੇ ਤੁਹਾਨੂੰ ਮੂਹਰੇ ਦੱਸਦਾ ਕਿ ਗੱਡੀਆਂ ਸੱਜੇ ਪਾਸੇ ਤੋਂ ਸਾਡੇ ਮੇਨ ਰੋਡ 'ਤੇ ਐਂਟਰ ਹੋ ਸਕਦੀਆਂ। ਉਹ ਤਰਵਾਰ ਸੀ ਸੁਲਿਆ ਉਤੋਂ ਸਤਰਾ ਦੇ, ਇਹ ਓਬਵੀਅਸ ਆਉ ਤੋਂ ਸਤਰਾ ਦੇ ਤੇ ਇਹ ਤਰਵਾਰੇ ਹੁੰਦਾ ਇਹ ਹੋ ਸਕਦਾ, ਕਿਉਂਕਿ ਉੱਥੇ ਆਪਣੇ ਆਪਾਂ ਜਦੋਂ ਵੀ ਕਿਤੇ ਪੌਂਤੀ ਵੀ ਕਿਤੋਂ ਮੈਂ ਚੜ੍ਹਦਾ ਜਾਂ ਇੱਥੇ ਆਪਣੇ ਕਰਮੋਨੀ ਤੋਂ ਜਿੱਥੇ ਦੋਵੇਂ ਤਾਂ ਆਟੋ ਸਤਰਾ ਦੇ ਜਿਹੜੇ ਨੇੜੇ ਪੈਂਦੇ ਆ, ਇੱਥੇ ਚੜ੍ਹ ਕੇ ਆਪਾਂ ਜਦੋਂ ਵੀ ਐਂਟਰੀ ਕਦੇ ਆਟੋ ਸਤਰਾ ਦੇ ਉੱਤੇ ਕਰਦੇ ਹਾਂ, ਹੋਰ ਹੋਰ ਪਾੜਦੇ ਪਾੜਦੇ ਅਤੇ ਆਪਣਾ ਇਹ ਬੋਰਡ ਹੁੰਦਾ ਉਹਨੂੰ ਮੇਨ ਰੋਡ ਵਾਲਿਆਂ ਨੂੰ ਦੱਸਣ ਲਈ ਵੀ ਤੁਹਾਨੂੰ ਸਾਵਧਾਨ ਨਹੀਂ ਕਰਨਾ। ਅਭਿਆਮ ਲਾ ਪ੍ਰੈਸੀਡੈਂਸ ਸੋ ਵੇਹੀਕਲੀ ਕੇਸੀ ਮਿੱਤਰਾਂ ਦਾ ਰੈਸਟਰਾਂ, ਅਭਿਆਮ ਅਸੀਂ ਲਾ ਪ੍ਰੈਸੀਡੈਂਸ ਆਪਾਂ ਨੂੰ ਪਹਿਲਾਂ ਸੋ ਵੇਹੀਕਲੀ ਗੱਡੀਆਂ ਕੇਸੀ ਇਮੇਤ ਨੂੰ ਜਿਹੜੀਆਂ ਦੈਸਰਾ ਸੱਜੇ ਪਾਸੇ ਤੋਂ ਐਂਟਰ ਹੁੰਦੀਆਂ ਇਮੇਤ ਨੂੰ। ਕੰਪੋਰਤ ਲਾ ਪ੍ਰੈਸੀਡੈਂਸ ਦੈ ਸਿਗਨਾਲੇ ਦਾਰੇ ਲਾ ਪ੍ਰੈਸੀਡੈਂਸ ਸੋ ਲਾ ਸਤਰਾਦਾ ਲਾ ਤੇਰਾਲੇ। ਇਹਦਾ ਮਤਲਬ ਕੀ ਹੈ ਜੀ, ਜੇ ਸਾਡਾ ਜਰੀਤੋ ਦੀ ਪ੍ਰੈਸੀਡੈਂਸ ਹੈ ਤੇ ਇਹ ਦਾਰੇ ਪ੍ਰੈਸੀਡੈਂਸ ਕਿਉਂ ਆ, ਇਹ ਨਹੀਂ ਦੱਸਿਆ ਨਾ। ਕੰਪੋਰਤ ਲਾ ਪ੍ਰੈਸੀਡੈਂਸ ਦੈ ਸਿਗਨਾਲੇ ਵੀ ਇੱਥੇ ਇੱਕ ਹੋਰ ਸਿਗਨਲ ਹੁੰਦਾ ਹੈ ਦਾਰੇ ਪ੍ਰੈਸੀਡੈਂਸ, ਠੀਕ ਹੈ ਇੱਥੇ ਤੱਕ ਠੀਕ ਹੈ। ਸੁੱਲਾ ਸਤਰਾਦਾ ਲਤੇਰਾਲੇ, ਸਤਰਾਦਾ ਸੜਕ ਲਤੇਰਾਲੇ ਸੈਡ ਵਾਲੀ, ਇਹਦਾ ਮਤਲਬ ਹੈ ਜਿਹੜੀ ਆਹ ਆਪਣਾ ਮੇਨ ਰੋਡ ਆ, ਆਹ ਜਿਹੜੀ ਲਤੇਰਾਲੇ ਆ ਨਾ, ਇਹ ਲਤੇਰਾਲੇ ਵਾਲੀ ਸੜਕ ਆ, ਇਹਦੇ ਉੱਤੇ ਦਾਰੇ ਲਾ ਪ੍ਰੈਸੀਡੈਂਸਾ ਦਾ ਸਿਗਨਲ ਹੋ ਸਕਦਾ ਕਿ ਹੋਊਗਾ, ਪੱਕਾ ਹੋਊਗਾ ਜੀ। ਦਾਰੇ ਲਾ ਪ੍ਰੈਸੀਡੈਂਸ ਵਾਲਾ ਸਿਗਨਲ ਕਿਹੜਾ ਹੁੰਦਾ, ਇਹ ਆਹ ਵਾਲਾ ਦਾਰੇ ਦਾ ਪ੍ਰੈਸੀਡੈਂਸ ਸਿਗਨਲ ਨੰਬਰ 40। ਉਹ ਸਿੱਟ ਨਾ ਦੇਈ ਯਾਰ, ਕੱਲ੍ਹ ਪੱਖਾ ਅਤੇ ਕੁਰਸੀ ਜਵਾਨੇ ਦੋਵੇਂ ਸਿੱਟਦੀਆਂ ਸੀਗੀਆਂ ਜੀ। ਨੋਰਮਾ ਪੋਸਟ ਤੋਂ ਚਿੰਤ ਚਿੰਕਵੰਤ ਫ੍ਰੀਵਾਂ ਦੀਨਿੰਗ ਕਰੋ ਚੋ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ 150 ਮੀਟਰ ਪਹਿਲਾਂ ਇਹ ਤਕਰੀਬਨ ਹੁੰਦੇ ਆ ਜੀ, ਸਾਰਾ ਜਿੰਨੇ ਵੀ ਹੁੰਦੇ 150 ਮੀਟਰ ਹੀ ਇਹਨਾਂ ਦਾ ਹੁੰਦਾ ਨਹੀਂ। ਅਤੇ ਪੋਸਟ ਤੋਂ ਸੁਸਤ ਰਾਹ ਦਾ ਸ਼ਿਕੁੰਦਾਰੀ ਆ ਹਾਂਜੀ। ਮੈਂ ਕਿਹਾ ਵੀ ਮੈਨੂੰ ਦੁਬਾਰਾ ਸਾਰੀ ਰਿਕਾਰਡਿੰਗ ਕਰਨੀ ਪੈ ਜਾਣੀ ਹੈ ਫਿਰ, ਤੇ ਉਹ ਦੇਖ ਫਿਰ ਨਹੀਂ ਨਹੀਂ ਉੱਤੇ ਡਿੱਗ ਜਾਣਾ ਸੀਗਾ, ਹਾਈ ਹੋ ਜਾਣੀ ਹੈ ਫਿਰ। ਉਧਰ ਹਮਟੀ ਡਮਟੀ ਲੱਗਾ ਹੈ ਪਰ ਹਮਤੀ ਦਮਤੀ। ਅੱਛਾ ਜੀ, ਪੋਸਟ ਤੋਂ ਉਸ ਤਰ੍ਹਾਂ ਦਾ ਸ਼ਿਕੰਦਾਰੀ ਸੈਂਸਰ ਦੇ ਉੱਤੋਂ ਪ੍ਰੈਸੀਡੈਂਸ ਇਹ ਜੀ ਉਸ ਰੋਡ 'ਤੇ ਹੁੰਦਾ ਜਿੱਥੇ ਪਹਿਲ ਆਪਾਂ ਕੋਲ ਨਹੀਂ ਹੁੰਦੀ। ਐਮ ਸਿਗਨਾਲੇ ਦੀ ਪ੍ਰੈਸਕ੍ਰਿਪਸ਼ਨ ਹੈ, ਉਹੀ ਪ੍ਰੈਸਕ੍ਰਿਪਸ਼ਨ ਵਾਲਾ ਸਿਗਨਾਲੇ ਦੀ ਪ੍ਰੈਸੀਡੈਂਸ ਹੈ। ਓਬਲੀਗਾ ਦੀ ਦਾ ਪ੍ਰੈਸੀਡੈਂਸ ਆਈ ਵੇਹੀਕਲੀ ਸ਼ੀਆ ਦਾ ਦਸ ਰੱਖਿਆ ਸੀ ਇਸ ਤਰ੍ਹਾਂ। ਕਹਿੰਦਾ ਜੀ ਇਹ ਆਪਾਂ ਨੂੰ ਕਹਿੰਦਾ ਪਿਆ ਆਪਾਂ ਪ੍ਰੈਸੀਡੈਂਸਾਂ ਦੇ ਨਾਲ ਜਿਹੜੀਆਂ ਆਪਣੀਆਂ ਮੇਨ ਰੋਡ 'ਤੇ ਗੱਡੀਆਂ ਚੱਲ ਰਹੀਆਂ ਸੱਜੇ ਜਾਂ ਖੱਬੇ ਪਾਸੇ, ਇਹ ਨਹੀਂ ਆਪਾਂ ਸਿਰਫ ਸੱਜੇ ਵਾਲਿਆਂ ਨੂੰ ਪਹਿਲ ਦੇਣੀ ਹੈ, ਦੋਵੇਂ ਪਾਸੇ ਵਾਲਿਆਂ ਨੂੰ ਪਹਿਲ ਦੇਣੀ ਹੈ। ਸ਼ੇ ਬਿਨਾ ਤੋਂ ਆਉਂ ਸੇ ਮਾਫਰੋ, ਆਹ ਕਿਆ ਲਿਖਿਆ ਸੇ ਮਾਫਰੋ ਸ਼ੇ ਬਿਨਾ ਤੋਂ ਸੇ ਮਾਫਰੋ ਸੇ ਮਾਫਰੋ ਵਾਲੇ ਸੋਲੋ ਸ਼ੇ ਸੇ ਮਾਫਰੋ ਫੁੰਸੀਓਨੇ ਕੌਣ ਲਾ ਜਲ ਜੀ। ਇਹ ਤੁਹਾਨੂੰ ਕਿਸੇ ਵੀ ਲਾਈਟ ਤੇ ਸਿਗਨਲ ਤੁਸੀਂ ਦੇਖਦੇ ਆ ਸਾਨੂੰ ਦੇਖਦਾ, ਇਹ ਸਿਗਨਲ ਦੀ ਤਾਂ ਵੈਲਿਡਿਟੀ ਆ ਜੇ ਉੱਥੇ ਲਾਲ ਪੀਲੀ ਲਾਈਟ ਜਗਦੀ ਬੁਝਦੀ ਆ ਟਿਮਟਿਮਾਉਂਦੀ ਆ, ਅਗਰ ਪੀਲੀ ਲਾਈਟ ਨਹੀਂ ਟਿਮਟਿਮਾ ਰਹੀ ਤਾਂ ਫਿਰ ਤੁਸੀਂ ਸਿਮਾਫਰੋ ਨੂੰ ਸਿਗਵੀਰੇ ਕਰਨਾ ਜੀ। ਸ਼ਿਆ ਬਿਨਾ ਤੁਮ ਸਿਮਾਫਰੋ ਹੋ ਗਿਆ ਉਜ਼ਾਰੇ ਮਾਸੀ ਮੈਂ ਪ੍ਰੋਦੈਂਸ ਆ ਫਿਰ ਵਿਤਾਰੇ ਲੀਨ ਚਿਦੈਨ ਤੇ, ਫਿਰ ਵੀ ਤੁਸੀਂ ਆਪਣਾ ਸਾਵਧਾਨੀ ਪੂਰੀ ਵਰਤਣੀ ਹੈ ਜੀ ਕਿ ਕੋਈ ਐਕਸੀਡੈਂਟ ਜਾਂ ਫਿਰ ਕੋਈ ਦੁਰਘਟਨਾ ਨਾ ਹੋਵੇ। ਆਉਂ ਆ ਦੇਖ ਹਮਟੀ ਡਮਟੀ, ਉੱਧਰ ਦੇਖ ਹਮਟੀ ਡਮਟੀ, ਦੋ ਚੂਹੇ ਦੋ ਆਹੋ ਦੋ ਚੂਹੇ ਦੋ ਆਹੋ ਆਹੋ ਦੋ ਚੂਹੇ ਉਹ ਪਲੇ ਹੋ ਜਾ ਭਰਾਵਾ, ਆਹੋ ਹੁਣ ਪਲੇ ਹੋ ਗਿਆ ਇਹ ਉਹਦੇ। ਇਹ ਜੀ ਇਹਨੂੰ ਵੀ ਤੁਹਾਨੂੰ ਪਤਾ ਲਾ ਕੇ ਦੇਣਾ ਪੈਣਾ, ਨਹੀਂ ਤਾਂ ਇਹਨੇ ਤੁਹਾਡੇ ਆਪਣੇ ਕੋਰਸ ਕਰਾਉਣੇ ਸ਼ੁਰੂ ਕਰ ਦੇਣੇ। ਹਾ 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 ਅੱਛਾ ਜੀ ਠੀਕ ਹੈ ਜੀ।
ਪ੍ਰੈਵਿਜ਼ੋ ਦੀ ਦਾਰੇ ਪ੍ਰੈਸੀਡੈਂਸ ਇਹ ਹੁੰਦਾ ਜੀ ਤੁਹਾਨੂੰ ਪਹਿਲਾਂ ਹੀ ਸੰਕੇਤ ਦੇਣਾ ਕਿ ਤੁਸੀਂ ਅੱਗੇ ਜਾ ਕੇ ਉਹ ਆਪਣੀ ਪਹਿਲ ਦੇਣੀ ਹੈ ਜੀ ਦੀ ਨੋਰਮ ਪੋਸਟੋ ਚੈਂਤ ਚਿੰਕਾਂ ਤਾਂ ਮੈਤਰੀ ਦਾ ਲਿੰਕ ਕਰੋ ਸੋ ਇਹ ਤਾਂ ਉਹੀ ਗੱਲ ਹੈ ਜੀ ਪਹਿਲਾਂ ਜਾਂਦੇ ਵੀ ਆਪਾਂ 150 ਮੀਟਰ ਵਾਲੀ ਗੱਲ ਤਾਂ ਹੁਣ ਆਪਾਂ ਨੂੰ ਚੇਤਾ ਹੀ ਹੈ ਜੀ ਪੋਸਟੋ ਸੁਸਤਰਾ ਤਾਂ ਸ਼ਿਕੁੰਦਾਰੀਆ ਸੈਂਸਾ ਦੇ ਰੀਤੋ ਦੀ ਪ੍ਰੈਸੀਡੈਂਸ ਕਹਿੰਦੇ ਵੀ ਸੈਕਿੰਡ ਰੋਡ ਤੇ ਸੈਕਿੰਡ ਆਪਣਾ ਮੇਨ ਰੋਡ ਸੈਕਿੰਡ ਹੈਂਡ ਜਿਹੜਾ ਉਧਰ ਸੱਜੇ ਪਾਸੇ ਆਉਂਦਾ ਉਸ ਰੋਡ ਤੇ ਹੁੰਦਾ ਸਿਗਨਲੇ ਦੀ ਪ੍ਰੈਸਕ੍ਰਿਪਸ਼ਨ ਦੀ ਪ੍ਰੈਸੀਡੈਂਸ ਇਹ ਤਾਂ ਆਪਾਂ ਦੇਖ ਸਕਦੇ ਹਾਂ ਦਾਰੇ ਦਾ ਪ੍ਰੈਸੀਡੈਂਸ ਅਸੀਂ ਇਹਦਾ ਇਸ ਤਰ੍ਹਾਂ ਸਿਨਿਸਤਰਾ ਓਕੇ Bisogna rallentare per fermarsi se ci sono i veicoli. ਅੱਛਾ ਜੀ ਕਹਿੰਦੇ ਜੀ ਪਹਿਲਾਂ ਤੁਸੀਂ ਫਿਰ ਵੀ ਆਪਣੀ ਗੱਡੀ ਹੌਲੀ ਕਰ ਲਓ ਜੇ ਕੁਦਰੋਂ ਕੋਈ ਗੱਡੀ ਆਉਣੀ ਹੈ ਤਾਂ ਤੁਸੀਂ ਗੱਡੀ ਆਪਣੀ ਰੋਕਣੀ ਹੈ ਜੀ ਉਹ ਪ੍ਰੈਨੁੰਚਾ ਦੇ ਨਹੀਂ ਕਰੋ ਸਵਾਤੀ ਕੋਈ ਬਿਜ਼ੋਨੀ ਦਾ ਰੇਲਾ ਪ੍ਰੈਸੀਡੈਂਸ ਆ ਕਹਿੰਦੇ ਵੀ ਮੋਹਰੇ ਹੋ ਸਕਦਾ ਇਹ ਇੰਕਰੋਚੋ ਤੀ ਵੀ ਹੋਵੇ ਜਿਹਦੇ ਵਿੱਚ ਤੁਸੀਂ ਪ੍ਰੈਸੀਡੈਂਸ ਆ ਇੰਕਰੋਚੋ ਤੀ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਜਿਹਦੇ ਵਿੱਚ ਤੁਸੀਂ ਪ੍ਰੈਸੀਡੈਂਸ ਆ ਦੇਣਾ ਹੈ ਮੋਹਰਾ ਆਉਣ ਦੀਆਂ ਗੱਡੀਆਂ ਨੂੰ ਤੇ ਓਕੇ ਜੀ ਇਹ ਵੀ ਹੋ ਗਿਆ ਜੀ ਅੱਜ ਤਾਂ ਆਪਾਂ ਚਲੋ ਸਟੋਪ ਸਭ ਤੋਂ ਖਤਰਨਾਕ ਸੀ ਜਿਹਦੇ ਤੇ ਬੰਦਿਆਂ ਨੂੰ ਜ਼ਿਆਦਾਤਰ ਫੇਲ ਕਰ ਦਿੰਦੇ ਆ ਫਿਰ ਮਾਰ ਸੀ ਇਦਾਰੇ ਪ੍ਰੈਸੀਡੈਂਸ ਰੁਕਣਾ ਤੇ ਪਹਿਲ ਦੇਣੀ ਓਬਲੀਗਾ ਓਬਲੀਗਾ ਜੀ ਇੱਥੇ ਤੁਸੀਂ ਰੁਕਣਾ ਹੀ ਰੁਕਣਾ ਗੱਡੀ ਆਉਂਦੀ ਆ ਜਾਂ ਨਹੀਂ ਆਉਂਦੀ ਆ ਸਟੋਪ ਤੇ ਤੁਸੀਂ ਗੱਡੀ ਰੋਕਣੀ ਆ ਜਦੋਂ ਤੁਹਾਡਾ ਪੇਪਰ ਹੋਣਾ ਤੁਹਾਡਾ ਥਿਉਰੀ ਤੋਂ ਬਾਅਦ ਪ੍ਰਾਕਟੀਕਲ ਦਾ ਪੇਪਰ ਹੋਣਾ ਨਾ ਥਿਉਰੀ ਤੋਂ ਬਾਅਦ ਪ੍ਰਾਕਟੀਕਲ ਦਾ ਇਸ ਵਿੱਚ ਤੁਸੀਂ ਇੱਥੇ ਰੁਕਣਾ ਹੀ ਹੈ ਜਦੋਂ ਤੁਹਾਡੇ ਨਾਲ ਟੈਸਟ ਹੋ ਰਿਹਾ ਅਗਰ ਤੁਸੀਂ ਇੱਥੇ ਨਹੀਂ ਰੁਕੇ ਤਾਂ ਫਿਰ ਤੁਹਾਨੂੰ ਉਹਨੇ ਕਹਿਣਾ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ 1 ਮਹੀਨੇ ਬਾਅਦ ਇਹਨੂੰ ਕੀ ਹੋ ਗਿਆ ਅੱਛਾ ਓਬਲੀਗਾ ਫਰਮਾਸ ਇਨ ਕੋਰਿਸਪੋਂਡੈਂਸ ਅਦੇ ਲਾ ਸਤ੍ਰੀਸ਼ਾ ਤ੍ਰਸਵਰਸਾਲ ਸਤ੍ਰੀਸ਼ਾ ਤ੍ਰਸਵਰਸਾਲ ਕਿਹੜਾ ਹੁੰਦਾ ਜਿਹੜੀ ਇਹ ਥੱਲੇ ਲੀਕ ਮਾਰੀ ਹੁੰਦੀ ਉਹਨੂੰ ਕਹਿੰਦੇ ਆ ਸਤ੍ਰੀਸ਼ਾ ਤ੍ਰਸਵਰਸਾਲ ਠੀਕ ਆ ਜੀ ਇਹ ਦਾਰੇ ਲਾ ਪ੍ਰੈਸੀਡੈਂਸ ਹਾਈਵੇ ਕੋਲ ਤੇ ਜਿਹੜੀਆਂ ਗੱਡੀਆਂ ਚੱਲ ਰਹੀਆਂ ਉਹਨਾਂ ਨੂੰ ਪਹਿਲ ਦੇਣੀ ਅਰਸ਼ਦਾਰ ਸੀ ਹੁੰਦਾ ਰੁਕਣਾ ਇਦਾਰੇ ਪ੍ਰੈਸੀਡੈਂਸ ਪਹਿਲ ਦੇਣੀ ਪ੍ਰੀਮਾ ਦੀ ਤ੍ਰਵਰਸਾ ਰਿੰਗ ਕਰੋ ਆਪਣੀ ਜਿਸ ਜਗ੍ਹਾ ਤੇ ਤੁਸੀਂ ਰੁਕੇ ਆ ਉਹਨੂੰ ਟੱਪਣ ਤੋਂ ਪਹਿਲਾਂ ਪਹਿਲ ਦੋ ਗੱਡੀਆਂ ਅਗਰ ਕੋਈ ਆਉਂਦੀਆਂ ਤੇ ਗੱਡੀ ਜ਼ਰੂਰੀ ਰੋਕਣੀ ਹੈ ਓਬਲੀਗਾ ਫਰਮਾਰ ਸੀ ਦਾ ਪ੍ਰੈਸੀਡੈਂਸ ਦਾ ਇਸ ਤਰ੍ਹਾਂ ਸੀ ਇਸ ਤਰ੍ਹਾਂ ਓਬਲੀਗਾ ਹੁੰਦਾ ਤੁਹਾਨੂੰ ਮੈਂ ਜਿੱਦਾਂ ਦੱਸਿਆ ਵੀ ਜ਼ਰੂਰੀ ਹੀ ਆ ਇੱਥੇ ਰੁਕਣਾ ਤੇ ਸੱਜੇ ਖੱਬੇ ਵਾਲੇ ਬੰਦਿਆਂ ਨੂੰ ਪਹਿਲ ਦੇਣੀ ਓਬਲੀਗਾ ਫਰਮਾਰ ਸੀ ਅੰਕੇ ਪ੍ਰੈਸੈਂਸ ਦਲ ਸੇਮਾਫਰੋ ਕੋਨ ਲੂਚੇ ਜਾਲਾ ਲੰਪੇ ਜਾਂਦੇ ਭਾਵੇਂ ਲੂਚੇ ਜਾਲਾ ਲੱਭੇ ਜਾਂਦੇ ਪੀਲੀ ਲੈਟ ਟੀਮ ਟਮਾਰ ਰਹੀ ਹੈ ਸੇਮਾਫਰੋ ਦੀ ਫਿਰ ਵੀ ਤੁਸੀਂ ਉਬਲੀ ਗਾਤੀ ਆ ਫਿਰ ਮਾਰ ਸੀ ਗਏ ਤੇ ਤੁਸੀਂ ਫਿਰ ਵੀ ਇੱਥੇ ਰੁਕਣਾ ਹੀ ਹੈ ਭਾਵੇਂ ਉਹ ਇਹ ਨਹੀਂ ਵੀ ਪੀਲੀ ਲਾਈਟ ਜਗਦੀ ਬੁਝੀ ਦੇਖੀ ਤੇ ਬਣ ਜਾਓ ਸ਼ੇਰ ਤੇ ਗੱਡੀ ਚੱਕ ਕੇ ਲੰਘ ਜਾਓ ਨਹੀਂ ਅਗਰ ਉੱਥੇ ਕੋਈ ਬਿਜਲੀ ਹੋਇਆ ਕੋਈ ਕਾਰਾਬਿਨੀਅਰ ਵਾਲੇ ਦਾ ਬੰਦਾ ਹੋਇਆ ਤਾਂ ਉਹਨਾਂ ਨੇ ਤੁਹਾਨੂੰ ਲਵ ਲੈਟਰ ਹੱਥ 'ਚ ਫੜਾ ਲੈਣਾ ਵੀ ਆ ਲਓ ਜੀ ਹੁਣ ਪੋਸਟ ਵਿੱਚ ਤਾਰਿਆ ਜਾ ਕੇ ਅੱਛਾ ਜੀ ਸੀਤਰਾਵਾ ਅਲਿੰਕਰੋ ਚ ਕੋਨ ਮਸਤਰਾ ਦਾ ਕੋਨ ਦਿਲੀ ਤੋਂ ਦੀ ਪ੍ਰੈਸੀਡੈਂਸ ਸੀਤਰਾਵਾ ਅਲਿੰਕਰੋ ਚ ਕੋਨ ਮਸਤਰਾ ਦਾ ਇਹ ਕਹਿੰਦਾ ਜੀ ਇਹ ਉਸ ਜਗ੍ਹਾ ਤੇ ਹੁੰਦਾ ਜਿਸ ਜਗ੍ਹਾ ਤੇ ਮੇਨ ਰੋਡ ਲੰਘ ਰਿਹਾ ਇਹਦਾ ਮਤਲਬ ਤੁਸੀਂ ਹਮੇਸ਼ਾ ਸੈਕਿੰਡ ਰੋਡ ਤੇ ਕਿਉਂਕਿ ਮੇਨ ਰੋਡ ਤੇ ਤਾਂ ਸਟਾਪ ਹੋਣਾ ਨਹੀਂ ਜੀ ਤੁਸੀਂ ਤੁਹਾਡਾ ਰੋਡ ਸੈਕਿੰਡ ਰੋਡ ਆ ਜਿਹੜਾ ਸੈਕੁੰਡਾਰੀ ਆ ਹੁੰਦਾ ਤੇ ਤੁਹਾਨੂੰ ਉੱਤੇ ਪ੍ਰੈਸੀਡੈਂਸ ਜਾਂ ਫਿਰ ਸਟਾਪ ਦਾ ਸਿਗਨਲ ਮਿਲ ਸਕਦਾ ਇਨ ਜਨਰਲ ਪੋਸਟ ਤੋਂ ਸੀ ਕਰੋਚੀ ਕੌਣ ਸਕਾਰਸਾ ਬਿਜੀਬਿਲੀ ਦਾ ਕਿਆ ਹੁੰਦਾ ਬਿਜੀਬਿਲੀ ਤਾਂ ਹੁੰਦਾ ਦੇਖਣਾ ਸਕਾਰਸਾ ਦਾ ਘੱਟ ਜਿੱਥੇ ਤੁਹਾਨੂੰ ਮੋਹਰੇ ਘੱਟ ਦਿਸਦਾ ਹੋਵੇ ਜ਼ਿਆਦਾਤਰ ਜਿੱਦਾਂ ਕੋਈ ਮੋੜ ਹੋਵੇ ਜਾਂ ਇੱਦਾਂ ਦੀ ਖਤਰਨਾਕ ਜਿੱਥੇ ਖਤਰਾ ਹੁੰਦਾ ਉੱਥੇ ਸਟੋਪ ਦਾ ਨਿਸ਼ਾਨ ਹੁੰਦਾ ਬਹੁਤ ਰਵਾਰ ਸੀ ਇਨਕੋਰਿਸਪੋਂਡੈਂਸ ਦੀ ਪ੍ਰਸਾਦ ਜੋਲੀ ਗੱਲ ਜਿੱਥੋਂ ਗੱਡੀ ਦੀ ਪਟਰੀ ਲੰਘਦੀ ਹੈ ਇਹ ਉੱਥੇ ਵੀ ਹੋ ਸਕਦਾ ਹੈ ਫੌਰੀ ਦਾ ਚੈਂਤਰੀਆ ਵੀ ਦਾਦੀ ਪ੍ਰਚੇਦੂ ਤੋਂ ਕੌਣ ਸਿਗਨਾਲੇ ਦੀ ਪ੍ਰੈਵਿਜ਼ ਅਗਰ ਇਹ ਸ਼ਹਿਰ ਪਿੰਡ ਤੋਂ ਬਾਹਰ ਹੋਵੇ ਤਾਂ ਇਹਦੇ ਨਾਲ ਇੱਕ ਹੋਰ ਹੁੰਦਾ ਸਿਗਨਾਲੇ ਦੀ ਪ੍ਰੈਵਿਜ਼ ਉਹ ਆਪਾਂ ਇਹ ਤੋਂ ਅੱਗੇ ਦੇਖਦੇ ਹਾਂ ਸਿਗਨਾਲੇ ਦੀ ਪ੍ਰੈਵਿਜ਼ ਕਿਹੜਾ ਹੁੰਦਾ ਉਹਦੇ ਇੱਥੇ ਉੱਤੇ ਲਿਖਿਆ ਹੁੰਦਾ ਵੀ 300 ਮੀਟਰ ਜਾਂ 200 ਮੀਟਰ 'ਤੇ ਸਟੋਪ ਆ ਅਤੇ ਲਓ ਜੀ ਪ੍ਰੈਵਿਜ਼ ਦੀ ਫਰਮਾਰ ਸੀ ਇਹ ਤਾਰੇ ਪ੍ਰੈਸੀਡੈਂਸ ਅਤੇ ਤੁਹਾਨੂੰ ਇਹ ਪਹਿਲਾਂ ਹੀ ਦੱਸਤਾ ਵੀ ਅੱਗੇ ਤੁਸੀਂ ਪਹਿਲ ਦੇਣੀ ਆ ਅਤੇ ਸਟੋਪ ਆ ਇਹ ਸਿਗਨਲ 'ਚ ਦੇਖ ਸਕਦੇ ਹਾਂ ਸਟੋਪ 320 ਮੀਟਰ 'ਤੇ ਅਤੇ ਬਾਅਦ ਵਿੱਚ ਆਪਾਂ ਪ੍ਰੈਸੀਡੈਂਸ ਦੇਣਾ ਠੀਕ ਹੈ ਜੀ ਐਮ ਸਿਗਨਲ ਦੀ ਪ੍ਰੈਸਕ੍ਰਿਪਸ਼ਨ
è un segnale di preavviso di fermarsi e dare precedenza. E un segnale di rata non preavviso e che c'è tavoli di andare che muore tu si dà che roconate a ole dole nu pelle lì. Indica un segnale stop a 320 metri. Indica da sda già che preannuncia. Un segnale signal stop stop da gira ti si pella di che tenso 20 metri te tu hanno stop da signal mono. Thalle vi likhe aunda hai che tekna ci. Invita a rallentare perché bisogna fermarsi e dare precedenza al prossimo incrocio. Ah, sì, ok. Te kende ji invita a rallentare perché bisogna fermarsi e dare precedenza al prossimo incrocio. E thonu ji dasda ve agge ja ke tusi rukna te aale e sajje khabbe aale bande nu salah deni nahi hai ki pehel deni hai. Preannuncia di fermarsi a 320 metri. Dopo il segnale dare precedenza. Accha ji kehnda ji thonu pehle hi dasda ke 320 meter te aake tusi rukna te utto baad thonu signal nu dare precedenza. Apne लैपटॉप दी बैटरी लम्मा चार्ज रिकॉर्डिंग चल रही है। हाँ जी सत श्री अकाल। क्योंकि मैं दो बार माऊ ने मैंने पहले ही इंटरप्ट करता, दो बार पखा सीटन लगा है। अच्छा जी सिग्नल 10 नंबर बोलता मैं, लाइव नहीं है उधर रिकॉर्ड करके, फिर मैंने दोबारा फिर शुरू से रिकॉर्डिंग करनी पैंती ना, इसलिए मैंने पॉज करना नहीं ना आना ये। ਅਮਰੂਦ ਦਾ ਨਾ ਜੂਸ ਪੀ ਕੇ ਨਾ ਵਾਹ ਵਾਹ ਦਰੀਤੋ ਦੀ ਪ੍ਰੈਸੀਡੈਂਸ ਹਨ। ਠੰਡਾ ਠੰਡਾ ਜੂਸ ਪੀਓ ਨਾ, ਫਿਰ ਪਤਾ ਲੱਗਦਾ ਵੀ ਕਿਹੜੀ ਕਿਹੜੀ ਨਾੜ ਕਿਹੜੀ ਕਿਹੜੀ ਇੰਦਰੀ ਦੇ ਵਿੱਚ ਘੁੰਮ ਕੇ ਗਏ। ਐਮ ਸਿਗਨਲੇ ਦੀ ਪ੍ਰੈਸਕ੍ਰਿਪਸ਼ਨ ਐਮ ਸਿਗਨਲੇ ਦੀ ਪ੍ਰੈਸੀਡੈਂਸ, ਉਹੀ ਗੱਲਾਂ ਦੁਬਾਰਾ ਦੁਬਾਰਾ ਰਿਪੀਟ ਕੀਤੀਆਂ ਜਿਹੜੀਆਂ ਪਹਿਲਾਂ ਮੈਂ ਤੁਹਾਨੂੰ ਦੱਸੀਆਂ। ਇਨੀਸ਼ੀਓ ਦੀ ਸਟਰਾਦਾ ਕੌਨ ਸਟਰਾਦਾ ਦੀ ਪ੍ਰੈਸੀਡੈਂਸ, inizio di strada con diritto di precedenza. Allora, e è di appena io gioco a dito con un diritto di precedenza, vedete appunto si sceglie una che già una ora di viene a non perdere. Può trovarsi all'inizio di una strada urbana. Kende ji ehe una jagate ho sakda hai jithe tusi pehle su una strada urbana pind di jagah te ho sakda hai, pind to jehdi bahar nikal di hai jagah te nahi nahi unne nahi rukna nu turn phirda o extra urbana kya diritto di precedenza ja fir shahar to bahar di jehdi sadak hai utte bhi ehe ho sakda jithe diritto di precedenza hai. Necessario moderare la velocità, apni speed hamesha hi dhyan na chalao, jyada tez nahi chalana. ਹੌਲੀ ਜਾਊਂਗੇ ਤਾਂ ਦੂਰ ਜਾਊਂਗੇ, ਤੇਜ਼ ਜਾਊਂਗੇ ਤਾਂ ਤੇਜ਼ ਜਾਊਂਗੇ। ਐਨਐਚਐਸਆਰ ਪੋ ਐਸਰੇ ਪੋਸਟੋ ਸੁਸਤਰਾਦਾ ਸਤਤਾਲੇ, ਆਪਣੀਆਂ ਜਿਹੜੀਆਂ ਸਤਰਾਦੇ ਪ੍ਰੋਵਿੰਸ ਵਾਲੀ, ਸਤਰਾਦੇ ਸਤਤਾਲੀ, ਸਤਰਾਦੇ ਉਬਾਨ ਐਕਸਟਰਾ ਉਬਾਨ, ਇਹਨਾਂ 'ਤੇ ਵੀ ਇੱਕ ਭਾਗ ਬਣਾਵਾਂਗੇ ਜੀ ਕਿਹੜੇ ਕਿਹੜੇ ਹੁੰਦੇ ਆ ਜੀ। ਪੋ ਐਸਰੇ ਰਿਪੀਟੂਟੋ ਇਨਫੋਰਮਲ ਇਨ ਫੋਰਮਾਟੋ ਪੀਕੋਲੋ ਪ੍ਰੀਮਾ ਇਹ ਦੋ ਪੋਇੰਟ ਕਰੋਚਨ, ਇਹ ਕਹਿੰਦੇ ਜੀ ਹੋ ਸਕਦਾ ਵੀ ਇਹ ਬੋਰਡ ਬਾਅਦ 'ਚ ਛੋਟੇ ਛੋਟੇ ਫਾਰਮੈਟ ਦੇ ਵਿੱਚ ਤੁਹਾਨੂੰ ਸਿਗਨਲਾਂ ਦੇ ਥੱਲੇ ਮਿਲਿਆ ਦੇਖਣ ਨੂੰ ਮਿਲਿਆ ਜਾਵੇ। ਇਹ ਅਕਸਰ ਹੀ ਛੋਟੇ ਫਾਰਮੈਟ ਦੇ ਵਿੱਚ ਦੇਖਣ ਨੂੰ ਮਿਲਦਾ ਜੀ। ਓਕੇ ਪੋਇਸਚਰ ਇੰਟੀਗ੍ਰਾਟੋ ਕੋ ਪਨੈਲ ਇੰਟੀਗ੍ਰਾਟੀਵੋ, ਪੋਇਸਚਰ ਇੰਟੀਗ੍ਰਾਟੋ ਜਾਣੀ ਇਹਦੇ ਥੱਲੇ ਇੱਕ ਪਨੈਲੋ ਇੰਟੀਗ੍ਰਾਟੀਵੋ ਹੋ ਸਕਦਾ, ਉਹਦੇ ਬਾਰੇ ਤੁਹਾਨੂੰ ਮੈਂ ਬਾਅਦ 'ਚ ਦੱਸੂੰਗਾ ਵੀ ਪਨੈਲੋ ਇੰਟੀਗ੍ਰਾਟੀਵੋ ਕਿਹੜੇ ਹੁੰਦੇ ਆ, ਉਹ ਇੱਕ ਸਪੈਸ਼ਲ ਚੈਪਟਰ ਆ। ਅਤੇ ਹਾਂਜੀ ਨੰਬਰ 11 ਨੰਬਰ 11 ਹੈਗਾ ਜੀ ਫੀਨੇ ਦੈਲ ਤ੍ਰਿਤੋ ਦੀ ਪ੍ਰੈਸੀਡੈਂਸ, ਜਿੱਦਾਂ ਕਿ ਪਹਿਲਾਂ ਤੁਹਾਨੂੰ ਸਿਖਾ ਵੀ ਹੁਣ ਤੁਸੀਂ ਬਣ ਜਾਓ ਸ਼ੇਰ, ਹੁਣ ਸ਼ੇਰ ਤੋਂ ਹੋ ਜਾਓ ਢੇਰ, ਕਿਉਂਕਿ ਤੁਹਾਡਾ ਤ੍ਰਿਤੋ ਦੀ ਪ੍ਰੈਸੀਡੈਂਸ ਹੋ ਗਿਆ ਖਤਮ। ਸਿਗਨਲੇ ਦੀ ਪ੍ਰੈਸਕ੍ਰਿਪਸ਼ਨ ਸਿਗਨਲੇ ਦੀ ਪ੍ਰੈਸੀਡੈਂਸ ਉਹੀ ਨੋਰਮਲ ਗੱਲਾਂ। ਇਨੀਸ਼ੀਓ ਕੌਨ ਇਨੀਸ਼ੀਓ ਟ੍ਰਾਟੋ ਦੀ ਸਟਰਾਦਾ, ਇਨੀਸ਼ੀਓ ਦੀ ਸਟਰਾਦਾ ਕੌਨ inizio di strada con diritto agli che inizio di, allora inizio di un di una strada senza diritto di precedenza e di utton thoda hun pehl khatam ho gayi hai, hun tusi aale dwale wale bande nu pehl deni hai. Termina finisce strada con diritto di precedenza, diritto di precedenza ala khatam ho gaya ji ro ਵਾਲੇ ਲਾ ਰੇਗੂਲਾ ਦੀ ਦਾਰੇ ਪ੍ਰੈਸੀਡੈਂਸਾ ਦਾ ਇਸ ਤਰ੍ਹਾਂ। ਹੁਣ ਤੁਸੀਂ ਸੱਜੇ ਪਾਸੇ ਵਾਲੇ ਬੰਦੇ ਜਿਹੜੇ ਆਉਂਦੇ ਉਹਨਾਂ ਨੂੰ ਪਹਿਲ ਦੇਣੀ ਹੈ। ਉਹ ਇਸ ਤਰ੍ਹਾਂ ਸ਼ਗੂਈ ਤੋਂ ਦੋਸ਼ ਸਿਗਨਲੇ ਫਰਮਾਰਸੀ ਦਾਰੇ ਪ੍ਰੈਸੀਡੈਂਸ, ਕਹਿੰਦੇ ਵੀ ਹੋ ਸਕਦਾ ਵੀ ਇਸ ਤੋਂ ਬਾਅਦ
ਉਹ ਸਿਗਨਲ ਆਵੇ ਫਿਰ ਮਾਰ ਸੀ ਇਦਾਰੇ ਪ੍ਰੈਜ਼ੀਡੈਂਸ ਆ ਉਹ ਸਿਗਨਲ ਕਿਹੜਾ ਹੈ ਜੀ ਜਿੱਦਾਂ ਆ ਵਾਲਾ ਵੋਇਸ ਰੇ ਪ੍ਰੇਵੀਜ਼ੋ ਇਹਦੇ ਬਾਅਦ ਤੁਹਾਨੂੰ ਇਹ ਸਿਗਨਲ ਵੀ ਦੇਖਣ ਨੂੰ ਆ ਸਕਦਾ ਦਾਰੇ ਪ੍ਰੈਜ਼ੀਡੈਂਸ ਨੇ ਸੈਂਸੀਓਨੀਚੀ ਅਲਟਰਨਾਤੀ ਇਹ ਕਿਹੜੀ ਹੈ ਜੀ ਸੈਂਸੀਓਨੀਚੀ ਸੈਂਸੋਨੀ ਕੋ ਹੁੰਦਾ ਵਨ ਵੇ ਰੋਡ ਅਲਟਰਨਾਤੀ ਜਾਣੀ ਕਿ ਇੱਕ ਵਾਰ ਤੂੰ ਇੱਕ ਵਾਰ ਮੈਂ ਬਾਰੀ ਵੱਟਾ ਲਾਣਾ ਇੱਕ ਵਾਰ ਤੂੰ ਚੱਲ ਜਾ ਤੇ ਇੱਕ ਵਾਰ ਮੈਂ ਚੱਲ ਜਾ ਮੈਂ ਪੰਜਾਬੀ ਤਾਂ ਇੱਦਾਂ ਬਣਦੀ ਹੈ ਜੀ ਦਾਰੇ ਪ੍ਰੈਜ਼ੈਂਸ ਇਹਦਾ ਮਤਲਬ ਹੈ ਜੀ ਦਾਰੇ ਪ੍ਰੈਨੁੰਚਾ ਦੀ ਦਾਰੇ ਪ੍ਰੈਜ਼ੀਡੈਂਸ ਨੇ ਸੈਂਸੀਓਨੀਚੀ ਅਲਟਰਨਾਤਾ ਤੇ ਫੇ ਇੱਕ ਦੂਜੇ ਨੂੰ ਤੁਸੀਂ ਪਹਿਲ ਦਿਓ ਬਾਰੀ ਵੱਟਾ ਲਾ ਕੇ ਬਾਰੀ ਵੱਟਾ ਕਿੱਦਾਂ ਜੀ ਜਿੱਦਣ ਨੂੰ ਲਾਲ ਲਾਲ ਤੀਰ ਦਾ ਨਿਸ਼ਾਨ ਆ ਆਹ ਵਾਲਾ ਤੀਰ ਦਾ ਨਿਸ਼ਾਨ ਇਹ ਬੰਦੇ ਨੇ ਪਹਿਲ ਦੇਣੀ ਆ ਜਿਹੜੀਆਂ ਮੂਹਰਿਓਂ ਗੱਡੀਆਂ ਦੀ ਜਦੋਂ ਇੱਧਰ ਚਿੱਟਾ ਹੋਵੇ ਜੇ ਇੱਧਰ ਲਾਲ ਹੋਵੇ ਤਾਂ ਫਿਰ ਮੋਹਰ ਵਾਲੇ ਬੰਦੇ ਨੇ ਪਹਿਲ ਦੇਣੀ ਆ ਸਾਨੂੰ ਉਹ ਅਗਲਾ ਜਿੱਦਾਂ ਕਿ ਆਹ ਜਿਹੜਾ ਤੁਸੀਂ ਦੇਖਦੇ ਆ ਇੱਥੇ ਸਾਨੂੰ ਜਿਹੜੇ ਮੋਹਰਿਓਂ ਗੱਡੀਆਂ ਦੀ ਉਹਨਾਂ ਨੇ ਪਹਿਲ ਦੇਣੀ ਆ ਪਰ ਇਹਦੇ ਵਿੱਚ ਸਾਨੂੰ ਪਹਿਲ ਅਸੀਂ ਦੇਣੀ ਆ ਜਿਹੜੀਆਂ ਮੋਹਰ ਵਾਲੀਆਂ ਗੱਡੀਆਂ ਨੇ ਪਹਿਲਾਂ ਤਾਂ ਪੰਜਾਬੀ ਦੇਖ ਲਓ ਓਬਲੀਗਾ ਦਾਰੇ ਪ੍ਰੈਜ਼ੀਡੈਂਟ ਸਾਈ ਵੇਖ ਕੇ ਵੈਂਗਲੋਂ ਦਾ ਲਾਤੋ ਪੋਸਟੋ ਉਪੁੰਤਰਾਰੀ ਉਹ ਪੋਸਟੋ ਉਪੁੰਤਰਾਰੀ ਇਹ ਕੋਈ ਗੱਲ ਹੁੰਦੀ ਕਿ ਅਸੀਂ ਪ੍ਰੈਜ਼ੀਡੈਂਟਾ ਦਾ ਦੇਣਾ ਵੇਕੁਲੀ ਦਾ ਲਾਤੋ ਪੋਸਟੋ ਇਹੀ ਗੱਲ ਚੇਤੇ ਰੱਖੋ ਪ੍ਰੈਜ਼ੀਡੈਂਟਾ ਵੇਕੁਲੀ ਲਾਤੋ ਪੋਸਟੋ ਫਿਰ ਤੁਸੀਂ ਪਹਿਲ ਦੇਣੀ ਆ ਆਪਣੇ ਉਲਟ ਸਾਈਡ ਤੋਂ ਗੱਡੀਆਂ ਦੀਆਂ ਨੋਨ ਸੀ ਪੋ ਚਿਰਕੋਲਾਰੇ ਇਨ ਦੂਏ ਸੈਂਸੀ ਚਿਰਕੋਲਾਰੇ ਨੋਨ ਚਿਰਕੋਲਾਰੇ ਇਨ ਦੂਏ ਸੈਂਸੀ ਫਿਰ ਤੁਸੀਂ ਦੋਵੇਂ ਜਾਣੇ ਇਕੱਠੇ ਨਹੀਂ ਗੱਡੀ ਤੋੜ ਸਕਦੇ ਜੇ ਇਹ ਰੋਡ ਹੈ ਇਹਦਾ ਮਤਲਬ ਜੇ ਤੁਸੀਂ ਦੋਵਾਂ ਨੇ ਗੱਡੀਆਂ ਤੋੜੀਆਂ ਤੇ ਦੋਵਾਂ ਨੇ ਗੱਡੀਆਂ ਲੈਣੀਆਂ ਤੁਸੀਂ ਫਸਾ ਤੇ ਹੋ ਸਕਦਾ ਵੀ ਤੁਹਾਡੀਆਂ ਗੱਡੀਆਂ ਨੂੰ ਲੱਗ ਜਾਣ ਰਗੜਾ ਰਗੜਾ ਚਲੋ ਠੀਕ ਹੈ ਇਹ ਪੋਸਟ ਤੋਂ ਪ੍ਰੀਵਾਂ ਦੀ ਉਹਨਾਂ ਸਥਿਰਤਾ ਹੋਈ ਆ ਇਹਦਾ ਮਤਲਬ ਵੀ ਤੁਹਾਡੇ ਜਿਹੜੇ ਮੂਹਰੇ ਆ ਸੜਕ ਛੋਟੀ ਹੋ ਰਹੀ ਆ ਹੁਣ ਸੈਂਤਿਲ ਪ੍ਰਸਾਦ ਪ੍ਰਸਾਜੋ ਦੀ ਉਹਨਾਂ 16 ਫੀਲਾਂ ਦੀ ਬੇਕੁਲ ਇਹ ਤੁਹਾਨੂੰ ਕਹਿੰਦੇ ਇਹਦਾ ਮਤਲਬ ਆ ਵੀ ਸਿਰਫ ਗੱਡੀਆਂ ਦੀ ਇੱਕ ਲਾਈਨ ਹੀ ਜਾ ਸਕਦੀ ਹੈ ਜਾਂ ਸੱਜੇ ਵਾਲੀ ਚੱਲ ਜਾਓ ਜਾਂ ਖੱਬੇ ਵਾਲੀ ਚੱਲ ਜਾਵੇ ਇੱਥੇ ਫਿਲਹਾਲ ਮੋਹਰੇ ਵਾਲੇ ਨੂੰ ਅਸੀਂ ਪਹਿਲ ਦੇਣੀ ਹੈ ਅਗਰ ਮੋਹਰੇ ਗੱਡੀ ਨਹੀਂ ਹੈਗੀ ਤਾਂ ਫਿਰ ਤੁਸੀਂ ਚੱਲ ਜਾਓ ਉਹ ਐਸ਼ਰੇ ਪੋਸਟ ਤੋਂ ਇਹਨੂੰ ਸਤਰਾ ਦਾ ਕੌਣ ਸਤਰਿਤ ਹੋਈ ਐਸੇ ਤਾਂ ਉਹੀ ਗੱਲ ਹੈ ਜੀ ਜਿੱਥੇ ਕਹਿੰਦੇ ਵੀ ਹਿਸਾਬ ਕਿਤਾਬ ਨਾਲ ਰਾਸਤਾ ਛੋਟਾ ਹੁੰਦਾ ਉੱਥੇ ਇਹ ਬੋਰਡ ਹੋ ਸਕਦਾ ਦਰੀਤੋ ਦੀ ਪ੍ਰੈਜ਼ੀਡੈਂਸ ਜਿੱਦਾਂ ਉਹ ਸੀਗਾ ਦਾਰੇ ਪ੍ਰੈਜ਼ੀਡੈਂਸ ਨੇ ਉਹ ਸੀਗਾ ਦਾਰੇ ਪ੍ਰੈਜ਼ੀਡੈਂਸ ਠੀਕ ਹੈ ਜੀ ਆ ਹੈਗਾ ਦਰੀਤੋ ਪ੍ਰੈਜ਼ੀਡੈਂਸ ਜੇ ਲਾਲ ਨਿਸ਼ਾਨ ਉੱਤੇ ਨੂੰ ਫਿਰ ਹੈਗਾ ਦਾਰੇ ਪ੍ਰੈਜ਼ੀਡੈਂਸ ਨੇ ਸੈਂਸੀਓਨੀਚੀ ਅਲਟਰਨਾ ਤੇ ਜੇ ਲਾਲ ਨਿਸ਼ਾਨ ਥੱਲੇ ਨੂੰ ਕਿਹੜਾ ਮਤਲਬ ਹੈਗਾ ਜੀ ਸਾਡਾ ਦਰੀਤੋ ਦੀ ਪ੍ਰੈਜ਼ੀਡੈਂਸ ਫਿਰ ਅਸੀਂ ਲੰਘਣਾ ਕਹਿੰਦੇ ਜੀ ਇਹ ਵਹੀਕਲ ਪ੍ਰੋਵੀਨੀਐਂਟ ਦਾ ਲੋ ਦਲ ਸੈਂਸ ਪੋਸਟ ਦੇ ਵਨੋ ਦਾਰ ਜੀ ਲਾ ਪ੍ਰੈਜ਼ੀਡੈਂਸ ਜਿਹੜੇ ਮੂਹਰੇ ਸਾਡੀਆਂ ਗੱਡੀਆਂ ਆ ਰਹੀਆਂ ਉਹਨਾਂ ਨੇ ਸਾਨੂੰ ਪਹਿਲ ਦੇਣੀ ਆ ਉਹ ਸਿਆਮ ਉਤਰਾ ਵਰਸਾ ਹੈ ਅਸਤਰ ਤਾਂ ਤੋ ਹੋਈਆ ਦੋ ਪੈਸਰ ਐਸ ਰੈਸੀ ਕੋ ਰਾਤੀ ਕੇ ਚੀਦਾਨ ਨੂੰ ਲਾ ਪ੍ਰੈਜ਼ੀਡੈਂਸ ਅਸੀਂ ਆਪਣੀ ਗੱਡੀ ਉੱਥੋਂ ਲੰਘਾ ਸਕਦੇ ਹਾਂ ਪਰ ਪਹਿਲਾਂ ਫਿਰ ਵੀ ਸਾਨੂੰ ਇਹ ਸਾਵਧਾਨੀ ਨਾਲ ਚੈੱਕ ਕਰਨਾ ਚਾਹੀਦਾ ਕਿ ਮੂਹਰਲੇ ਬੰਦੇ ਨੇ ਸਾਨੂੰ ਪਹਿਲ ਦੇ ਦਿੱਤੀ ਹੈ ਕਿ ਨਹੀਂ ਨਹੀਂ ਤਾਂ ਨਹੀਂ ਦਿੱਤੀ ਤਾਂ ਫਿਰ ਤੁਸੀਂ ਰੁਕ ਜਾਓ ਕਿਉਂਕਿ ਫਿਰ ਹੁਣ ਤਾਂ ਪਹਿਲ ਉਹਦੀ ਬਣ ਗਈ ਹੈ ਉਚਾਰੇ ਪ੍ਰੋਵੈਂਸ ਹੈ ਅਸੀਂ ਕੁਲਾਰੇ ਖਿੱਚੀ ਦਾਨੂ ਦਾ ਪ੍ਰੈਜ਼ੀਡੈਂਸ ਆ ਫਿਰ ਵੀ ਆਪਣੀ ਸਾਵਧਾਨੀ ਵਰਤੋ ਕਿ ਉਹ ਤੁਹਾਨੂੰ ਪਹਿਲ ਦੇਣ ਨਾ ਕਿ ਤੁਸੀਂ ਆਪੇ ਹੀ ਸ਼ੇਰ ਬਣ ਕੇ ਜਾਓ ਦੋਹਾਂ 'ਚ ਸ਼ੇਰ ਬਣ ਕੇ ਇੱਕ ਦੂਜੇ ਨਾਲ ਅੱਗੇ ਜਾਣ ਲਓ ਜੀ ਅੱਜ ਦਾ ਭਾਗ ਅਸੀਂ ਇੱਥੇ ਖਤਮ ਕਰਦੇ ਹਾਂ ਅੱਜ ਦਾ ਭਾਗ ਮੈਂ ਬਹੁਤ ਹੀ ਤੇਜ਼ ਤੇਜ਼ ਕਾਹਲੀ ਕਾਹਲੀ ਦੇ ਵਿੱਚ ਬਣਾਇਆ ਫਿਰ ਵੀ 28 ਮਿੰਟ ਅਤੇ 29 ਮਿੰਟ ਦਾ ਬਣ ਗਿਆ ਇਹ ਵਿੱਚ ਵਿੱਚ ਮੇਰੇ ਗੁਗਲੀ ਮੁਗਲੀ ਭਾਂਜੇ ਨੇ ਮੈਨੂੰ ਪਰੇਸ਼ਾਨ ਨਹੀਂ ਕੀਤਾ ਜਾਣੀ ਵਿੱਚ ਪੱਖੇ ਪੁੱਖੇ ਸਿੱਟਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਦੋ ਵਾਰ ਤਾਂ ਸਿੱਟ ਹੀ ਲੱਗਾ ਸੀ ਅਤੇ ਚਲੋ ਕੋਈ ਨਹੀਂ ਜੀ ਮਿਲਦੇ ਆਪਾਂ ਅਗਲੇ ਭਾਗ ਵਿੱਚ ਕੋਈ ਵੀ ਇਨਫੋਰਮੇਸ਼ਨ ਦੀ ਲੋੜ ਹੋਵੇ ਤੁਸੀਂ ਸਾਨੂੰ ਫੇਸਬੁੱਕ 'ਤੇ ਕਨੈਕਟ ਜ਼ਰੂਰ ਕਰ ਸਕਦੇ ਹਾਂ ਜੀ ਆਪਣੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਨੂੰ ਨਹੀਂ ਵਧੀਆ ਲੱਗਾ ਫਿਰ ਵੀ ਤੁਸੀਂ ਸਾਨੂੰ ਦੱਸੋ ਵੀ ਸਾਨੂੰ ਨਹੀਂ ਵਧੀਆ ਲੱਗਾ ਫਿਰ ਅਸੀਂ ਹੋਰ ਵਧੀਆ ਬਣਾਉਣ ਦੀ ਇਹਨੂੰ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਅਤੇ ਬਾਕੀ ਹੋ ਸਕਦਾ ਹੈ ਵੀ ਆਪਾਂ ਥੋੜ੍ਹੇ ਟਾਈਮ ਤੱਕ ਆਪਣੀਆਂ ਕਲਾਸਾਂ ਸ਼ੁਰੂ ਕਰੀਏ ਪਰ ਹਜੇ ਮੇਰਾ ਕੋਈ ਸ਼ੋਰ ਨਹੀਂ ਪਰ ਜੇ ਕਲਾਸਾਂ ਸ਼ੁਰੂ ਕੀਤੀਆਂ ਜਾਂ ਗਈਆਂ ਤਾਂ ਸਿਰਫ ਸ਼ਨੀਵਾਰ ਨੂੰ ਹੀ ਮੇਰੇ ਕੋਲ ਟਾਈਮ ਹੁੰਦਾ ਅਤੇ ਸ਼ਾਇਦ ਸ਼ਨੀਵਾਰ ਨੂੰ ਮੈਂ ਜਿਮ ਵੀ ਜੁਆਇਨ ਕਰਾਂ ਇਸ ਕਰਕੇ ਜਿਮ ਜੁਆਇਨ ਕਰਕੇ ਜਾਵੇ ਕਲਾਸਾਂ ਲਾ ਕੇ ਮਿੱਤਰਾਂ ਨੇ ਕਹਾੜੇ ਜਾਇਆ ਕਰਨਾ ਜੀ ਅਤੇ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਸਾਰਿਆਂ ਨੂੰ ਹੁਣ ਆਪਾਂ ਅਗਲੇ ਭਾਗ ਵਿੱਚ ਕਿੱਦਾਂ ਦਾ ਐਪੀਸੋਡ ਲੱਗਾ ਜ਼ਰੂਰ ਦੱਸਣਾ ਜੀ ਆਵਾਜ਼ ਵੱਧ ਘੱਟ ਉੱਚੀ ਨੀਵੀਂ ਹੋਵੇ ਤਾਂ ਦੇਖ ਲਿਓ ਜੀ ਹਿਸਾਬ ਦਾ ਕਿਉਂਕਿ ਅੱਜ ਸਾਡਾ ਚੀਨੀ ਵਾਲਾ ਮਾਈਕ ਹੈ ਨਹੀਂ ਸੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ